ਉਹਨੇ ਫੋਨ ਕੀਤਾ ਕਿ ਨਾ ਮੈਂ ਇੱਥੇ ਜਨਾਨੀ ਚੀਖਾ ਮਾਰਦੀ ਪਈ ਆ ਸੈਟਰ ਦੇ ਅੰਦਰ। ਫਿਰ ਮੈਂ ਆਇਆ, ਫਿਰ ਮੈਂ ਸੈਟਰ ਚੱਕਿਆ ਜੀ, ਇਹਨੂੰ ਵੀ ਨੰਗਾ ਕੀਤਾ ਸੀ, ਆਪਣੇ ਵੀ ਨੰਗਾ ਸੀਗਾ, ਮੈਂ ਗਾਲਾਂ ਗੁਲਾਂ ਕੱਢਿਆ, ਫਿਰ ਮੈਨੂੰ ਪੈ ਗਿਆ ਉਹ। ਉਹਦੇ ਬਾਅਦ ਕਹਿੰਦਾ ਮੈਂ ਆਪਣੇ ਘਰੇ ਮੈਂ ਜੋ ਮਰਜ਼ੀ ਕਰਾਂ, ਤੂੰ ਕੌਣ ਨਾ ਬੋਲਣ ਵਾਲਾ। ਪਹਿਲਾਂ ਵੀ ਕਾਲ ਕੀਤੀ ਜੀ, ਹੁਣ ਮੈਂ ਕਾਲ ਤਾਂ ਜੀ ਸਵੇਰ 'ਤੇ ਕਰ ਰਿਹਾ, ਕਈ ਬੰਦੇ ਹੋਰ ਵੀ ਕਰ ਰਹੇ ਨੇ, ਉਹ ਕਹਿੰਦੇ ਹਾਲੀ ਨਹੀਂ ਗੱਡੀ, ਕੀ ਕਰੀਏ। ਮੈਡਮ ਜੀ ਇਹੀ ਗੱਲ ਕਹਿ ਦਿੰਦੇ ਲੁਧਿਆਣੇ 'ਚ ਗੱਡੀਆਂ ਬਿਜੀ, ਹੈਂਡ ਫਰੀ ਕਰ ਲਓ। ਮੈਡਮ ਜੀ ਲੁਧਿਆਣੇ 'ਚ ਤੁਸੀਂ, ਤੁਹਾਡੀ ਗੱਲ ਮੈਂ ਮੰਨਿਆ ਸਾਰੀ ਗੱਲ, ਤੁਸੀਂ ਕਹਿੰਦੇ ਹੋ ਲੁਧਿਆਣੇ 'ਚ ਗੱਡੀਆਂ ਬਹੁਤ ਕੇਸ ਹੁੰਦੀਆਂ, ਫਰੀ ਹੁੰਦੀਆਂ, ਨਹੀਂ ਹੁੰਦੀਆਂ ਨੇ, ਅਤੇ ਹੁਣ ਇਹ ਜੇ ਇਹਨਾਂ ਦਾ ਵਾਰਿਸ ਹੈ ਨਹੀਂ, ਕੋਈ ਕਿੱਦਾਂ ਭੇਜਿਆ ਜਾਏ, ਤਾਂ ਮਾਸੂ ਵਿਚਾਰੀ। ਇਹਦੇ ਨਾਲ ਰਾਤ ਭਰ ਦੁਸ਼ਕਰਮ ਹੋਇਆ ਵੀ ਤੁਸੀਂ ਕਹਿ ਰਹੇ ਹੋ ਗੱਡੀਆਂ ਨਹੀਂ ਹੈਗੀਆਂ, ਅਤੇ ਜੇ ਮਰ ਗਈ ਫਿਰ ਕੌਣ ਜ਼ਿੰਮੇਦਾਰ ਹੈ? ਸਰਕਾਰ ਤਾਂ ਐਡੇ ਐਡੇ ਵਾਅਦੇ ਕਰਦੀ ਹੈ, ਜਿਹਦੇ ਨਾਲ ਦੁਸ਼ਕਰਮ ਹੋਇਆ, ਸੜਕ 'ਤੇ ਪਈ ਹੈ ਸਾਰੀ ਰਾਤ ਦੀ, 12 ਘੰਟੇ ਤੋਂ ਉੱਤੇ ਹੋ ਗਿਆ, ਤੁਹਾਡੇ ਕੋਲ ਇੱਕ ਐਂਬੂਲੈਂਸ ਨਹੀਂ ਹੈਗੀ? ਮੈਡਮ ਜੀ ਕੋਈ ਐਮਰਜੈਂਸੀ, ਇਨਸਾਨੀਅਤ ਸੇ ਬੜਾ ਕੋਈ ਧਰਮ ਨਹੀਂ ਹੈ। ਮਾਮਲਾ ਇਹ ਹੈ ਕਿ ਰਾਤ ਤਕਰੀਬਨ 11 ਕੁ ਵਜੇ ਇੱਕ ਲੇਡੀ ਹੈਗੀ, ਜਿਹੜੇ ਕੁਛ ਮਾਈਂਡ ਤੋਂ ਪ੍ਰੋਬਲਮ ਹੈ ਉਹਨੂੰ, ਉਹ ਸੜਕ ਤੇ ਨੇੜੇ ਤੇੜੇ ਕਿਤੇ ਬੈਠੀ ਸੀ। ਇਹ ਕਿੱਥੇ ਹੈਗਾ ਬੰਦਾ ਕਿ ਸ਼ਰਾਬ ਪੀਂਦਾ, ਰੱਜ ਕੇ ਬਿੱਟੂ ਨਾਂ ਦਾ ਬੰਦਾ, ਜੋ ਕਿ ਕਾਫੀ ਦੇਰ ਚੋਂ ਕਰਪਟ ਬੰਦਾ ਹੈਗਾ, ਸਭ ਨੂੰ ਪਤਾ ਵਾ। ਜਿਹਦੇ ਘਰ ਦੇ ਬਾਹਰ ਤੁਸੀਂ ਖੜੇ ਹੋ? ਜਿਹਦੇ ਘਰ ਦੇ ਬਾਹਰ ਖੜੇ ਆ, ਉਹਦਾ ਮਕਾਨ ਨੰਬਰ ਆ ਹੈਗਾ ਜੀ 030-43। ਠੀਕ ਹੈ ਜੀ, ਠੀਕ ਹੈ। ਇਹਨਾਂ ਨੇ ਉਸ ਲੇਡੀ ਨੂੰ ਫੜ ਕੇ ਲਿਆਇਆ, ਆਪਣੇ ਘਰ ਵਿੱਚ ਵੜ ਲਿਆ। ਠੀਕ ਹੈ ਜੀ। ਉਹਦੇ ਨਾਲ ਗਲਤ ਕੰਮ ਕਰਦਾ ਇਹ ਲੇਡੀ, ਬੜੇ ਚੀਕਾਂ ਮਾਰਦੀ ਸੀ, ਆਂਢ ਗੁਆਂਢ ਨੂੰ ਸਾਰਿਆਂ ਨੂੰ ਪਤਾ ਲੱਗਿਆ ਜਦੋਂ ਵੀ ਇਹ ਆਵਾਜ਼ ਕਾਹਦੀ ਪੈਂਦੀ ਹੈ, ਲੋਕ ਧੱਕੇ ਨਾਲ ਜਾ ਕੇ ਗੇਟ ਖੋਲ੍ਹੇ। ਜਦੋਂ ਗੇਟ ਖੋਲ੍ਹਿਆ, ਫਿਰ ਉਹ ਜਨਾਨੀ ਨੇ ਕੱਪੜੇ ਲਹਾਇਆ ਹੈ ਸਾਰਾ, ਇਹਨੇ ਵੀ, ਇਹਨੇ ਜਦੋਂ ਛਡਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਬਿੱਟੂ ਨੇ ਇੱਕ ਦੋ ਚਪੇੜਾਂ ਮਾਰੀਆਂ ਵੀ ਇਹਨੂੰ ਛੱਡਦਾ ਨਹੀਂ ਸੀ, ਫਿਰ ਦੋ ਤਿੰਨ ਇਕੱਠੇ ਹੋ ਕੇ ਜਾ ਕੇ ਉਹਨੂੰ ਧੱਕਾ ਧੁੱਕਾ ਮਾਰ ਕੇ ਛਡਾਏ। ਜਨਾਨੀ ਦੀ ਹਾਲਤ ਜ਼ਿਆਦਾ ਖਰਾਬ ਸੀ, ਉਹ ਵਿਚਾਰੀ ਸਾਰੀ ਰਾਤ ਉੱਥੇ ਪਈ ਰਹਿ ਗਈ ਹੈ, ਹੁਣ ਉਹਦੀ ਆਹ ਹਾਲਾਤ ਦੇਖੋ ਕੀ ਬਣਿਆ ਹੋਇਆ। ਇਹ ਤੁਹਾਨੂੰ ਕੀ ਲੱਗਦਾ ਹੈ, ਜੋ ਮਹਿਲਾ ਹੈ ਕਿ ਇੱਥੋਂ ਦੀ ਵਸਨੀਕ ਹੈ? ਨਹੀਂ, ਇੱਥੋਂ ਦੇ ਵਸੀਕ ਨਹੀਂ, ਇਹ ਕਿਤੇ ਯੂਪੀ ਦੇ ਰਹਿਣ ਵਾਲੀ ਹੈਗੀ ਹੈ, ਇੱਥੇ ਸ਼ਾਂਤੀ ਨਗਰ ਨੇੜੇ ਰਹਿੰਦੀ ਹੈ, ਹੁਣ ਸਹੀ ਤਰੀਕੇ ਦੱਸ ਨਹੀਂ ਪਾ ਰਹੀ ਹੈ ਸਾਰਾ ਕੁਛ, ਕਿਉਂਕਿ ਇਹਨੂੰ ਹੈ ਕੋਈ ਮਾਂਡਲੀ ਪ੍ਰੋਬਲਮ ਹੈਗੀ ਇਹਨੂੰ ਕੁਛ। ਇਹ ਸਾਰੀ ਰਾਤ ਤੋਂ ਇਸੇ ਤਰ੍ਹਾਂ ਸੜਕ ਵਿਚਕਾਰ ਬਿਲਕੁਲ ਇੱਥੇ ਪਈ ਰਹੇਗੀ ਸਾਰੀ ਰਾਤ? ਤੁਸੀਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਉਹਨੂੰ? ਕਰਿਆ ਆ ਕੇ ਉਹਨੂੰ, ਜਿਹੜਾ ਦੋਸ਼ੀ ਸੀ ਬਿੱਟੂ, ਉਹਨੂੰ ਫੜ ਕੇ ਲੈ ਗਏ ਨੇ, ਅਤੇ ਹੁਣ ਐਂਬੂਲੈਂਸ ਨੂੰ ਫੋਨ ਕਰਿਆ ਸੀ, ਦੋ ਤਿੰਨ ਵਾਰੀ ਕਰਿਆ, ਸ਼ਡਿਊਲ ਬਿਜੀ ਆ, ਉਹ ਕਹਿੰਦੇ ਸਾਡੇ ਐਂਬੂਲੈਂਸ ਬਿਜੀ ਹੈਗੀ। ਕੀ ਕਹਿਣਾ ਚਾਹੋਗੇ, ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਮਹਿਲਾਵਾਂ ਨੂੰ ਲੈ ਕੇ, ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ, ਕੀ ਕਹਿਣਾ ਚਾਹੋਗੇ? ਦਾਅਵੇ ਇਹਨਾਂ ਨੂੰ ਕੀ ਕਹਿਣਾ, ਪ੍ਰਸ਼ਾਸਨ ਜਿਹੜਾ ਨਾਕਾਮ ਹੈ ਜੀ, ਇੱਥੇ ਤਾਂ 100% ਵਾਰਦਾਤਾਂ ਜਦੋਂ ਹੁੰਦੀਆਂ ਨੇ, 1% ਉਹਦੀ ਕਾਰਵਾਈ ਹੁੰਦੀ, 99% 'ਤੇ ਕਾਰਵਾਈ ਨਹੀਂ ਹੁੰਦੀ ਹੈ, ਆਏ ਨਿਤ ਦਿਨ ਇਹੋ ਜਿਹੀ ਕਾਰਵਾਈ ਤਾਂ ਹੁੰਦੀ ਨਹੀਂ ਹੈ, ਛੋਟੀ ਮੋਟੀਆਂ ਗੱਲਾਂ ਨੇ, ਇਹਨੂੰ ਪੁਲਿਸ ਨੂੰ ਕੁਛ ਨਹੀਂ। ਹੁਣ ਦੇਖੋ ਇੰਚਾਰਜ ਸਾਹਿਬ ਨੂੰ ਫੋਨ ਕੀਤਾ ਗਿਆ, ਹਜੇ ਤਾਂ ਮੌਕੇ 'ਤੇ ਕੋਈ ਨਹੀਂ ਪਹੁੰਚਿਆ। ਮੁੱਖ ਜਾਣਸਾ ਜੀ, ਇਹ ਜਿਹੜਾ ਮਾਮਲਾ ਹੈ ਕੱਲ੍ਹ ਰਾਤ ਦਾ, ਕੀ ਮਾਮਲਾ ਹੈ? ਇਹੀ ਆਪਣਾ ਫੋਨ ਆਇਆ ਜੀ, ਕਹਿੰਦਾ ਮੈਂ ਭਰਾ ਦਾ ਮੇਰੇ, ਉਹਨੇ ਫੋਨ ਕੀਤਾ ਕਿ ਨਾ ਮੈਂ ਇੱਥੇ ਜਨਾਨੀ ਚੀਖਾ ਮਾਰਦੀ ਪਈ ਹੈ ਸੈਟਰ ਦੇ ਅੰਦਰ। ਫਿਰ ਕੌਣ ਹੈ ਜਨਾਨੀ, ਪਹਿਲਾਂ ਦੇਖੀ ਤੁਸੀਂ ਕਦੇ? ਨਹੀਂ, ਮੈਂ ਨਹੀਂ ਦੇਖੀ। ਅੱਛਾ, ਨਹੀਂ ਦੇਖੀ। ਇਹ ਫਿਰ ਇੱਥੇ ਕਿਸ ਤਰ੍ਹਾਂ ਆਈ? ਇਹ ਆਪਣੇ ਨੂੰ ਨਹੀਂ ਪਤਾ ਜੀ, ਇਹ ਚੱਕੇ ਲਿਆਏ, ਕਿਵੇਂ ਲਿਆਏ ਉਹਨਾਂ ਨੂੰ ਪਤਾ ਹੋਣਾ ਜੀ। ਤੁਸੀਂ ਇੱਥੇ ਰਹਿੰਦੇ ਹੋ? ਜੀ। ਕੀ ਕਰਦੇ ਹੋ ਤੁਸੀਂ? ਚਿਕਨ ਦਾ ਕੰਮ ਹੈ ਜੀ। ਠੀਕ ਹੈ, ਫਿਰ ਕੀ ਹੋਇਆ? ਫਿਰ ਮੈਂ ਆਇਆ, ਫਿਰ ਮੈਂ ਸੈਟਰ ਚੱਕਿਆ ਜੀ, ਇਹਨੂੰ ਵੀ ਨੰਗਾ ਕੀਤਾ ਸੀ, ਆਪਣੇ ਵੀ ਨੰਗਾ ਸੀਗਾ, ਮੈਂ ਗਾਲਾਂ ਗੁਲਾਂ ਕੱਢਿਆ, ਫਿਰ ਮੈਨੂੰ ਪੈ ਗਿਆ ਉਹ। ਉਸ ਤੋਂ ਬਾਅਦ? ਉਹਦੇ ਬਾਅਦ ਕਹਿੰਦਾ ਮੈਂ ਆਪਣੇ ਘਰੇ ਮੈਂ ਜੋ ਮਰਜ਼ੀ ਕਰਾਂ, ਤੂੰ ਕੌਣ ਨਾ ਬੋਲਣ ਵਾਲਾ। ਠੀਕ ਹੈ, ਫਿਰ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ? ਨਹੀਂ ਜੀ, ਪੁਲਿਸ ਨੂੰ ਮੈਨੂੰ ਨੰਬਰ ਨਹੀਂ ਸੀਗਾ, ਫਿਰ ਮੈਂ ਸਾਹਮਣੇ ਬਾਊ ਜੀ ਰਹਿੰਦੇ, ਮੈਂ ਕਿਹਾ ਉਹਨਾਂ ਨੂੰ ਬੁਲਾਉਣਾ, ਮੈਂ ਨਿਤ ਬਾਊ ਨੂੰ, ਕਹਿੰਦਾ ਜਿਹਨੂੰ ਮਰਜ਼ੀ ਬੁਲਾ ਲਾ, ਮੈਂ ਆਪਣੇ ਘਰੇ ਬੈਠਾ।